ਵੈਲਕਮ ਦੋਸਤੋ ਮੈਂ ਤਰਨ ਰਾਸ਼ਪੂਤ ਤੁਹਾਡਾ ਵੈਲਕਮ ਕਰਦਾ ਹਾਂ ਤੁਹਾਡੇ ਆਪ ਦੀ ਆਪਣੀ ਚੈਨਲ 'ਚ ਸੋ ਗੱਲ ਇੱਥੇ ਮੈਂ ਕਰਨ ਜਾ ਰਿਹਾ ਹਾਂ ਦੋਸਤੋ ਸੁੱਚਾ ਸੂਰਮਾ ਮੂਵੀ ਦਾ ਡੇ ਅੱਜ 5 ਆ ਸੋ ਪੰਜਵੇਂ ਦਿਨ ਇੱਕ ਕਿੰਨਾ ਕਮਾਉਂਦੇ ਹੋਏ ਨਜ਼ਰ ਆ ਰਹੀ ਆ ਅੱਜ ਦੇ ਦਿਨ ਸੋ ਦੋਸਤੋ ਕੁਝ ਲੋਕਾਂ ਨੂੰ ਬੁਰਾ ਵੀ ਲੱਗੂਗਾ ਮੇਰੀਆਂ ਗੱਲਾਂ ਕੌੜੀਆਂ ਜਰੂਰ ਲੱਗੋਗੀਆਂ ਕੁਝ ਲੋਕ ਗਾਲੀ ਵੀ ਦਊਗੇ ਸੋ ਮੈਨੂੰ ਪਰਵਾਹ ਨਹੀਂ ਹੈਗਾ ਜੋ ਦੋਸਤੋ ਸੱਚ ਆਪਾਂ ਉਹ ਸੱਚ ਬੋਲਾਂਗੇ ਜੋ ਝੂਠ ਹੈ ਕਿਉਂਕਿ ਜੋ ਇਸ ਮੂਵੀ ਦੇ ਅੰਕੜੇ ਆ ਉਹ ਨਿਕਲ ਕੇ ਸਾਹਮਣੇ ਆ ਮੈਂ ਉਹੀ ਦੱਸ ਰਿਹਾ ਆਪਣੇ ਕੋਲੋਂ ਨਹੀਂ ਦੱਸ ਰਿਹਾ ਮੈਂ ਜੋ ਸਕਰੀਨ ਸ਼ਾਟ ਹੈ ਦੋਸਤੋ ਮੁਰੇ ਲਾਦੇ ਨਾ ਦੇਖ ਲੋ ਕੀ ਕੀ ਕਲੈਕਸ਼ਨ ਕੀਤਾ ਆ ਸੋ ਓਵਰঅল ਆਫ ਜੇ ਤੁਸੀਂ ਕਹਿੰਦੇ ਨਾ ਇੰਡੀਆ ਦੇ ਵਿੱਚ ਇੰਨਾ 12 ਕਰੋੜ ਕਰ ਗਈ ਹੈ ਕੁਝ ਲੋਕ ਦੋਸਤੋ ਕਮੈਂਟਾਂ ਦੇ ਵਿੱਚ ਨਹੀਂ ਸੁਣ ਸਕਦੇ ਆਪਣੇ ਫੈਨਸ ਬਾਰੇ ਇਦਾਂ ਦੀ ਗੱਲਾਂ ਸੋ ਗਾਇਸ ਇਹ ਕੋੜਾ ਸੱਚ ਹੈ ਦੋਸਤੋ ਅਸੀਂ ਆਪਣੇ ਕੋਲ ਦਾ ਕਲੈਕਸ਼ਨ ਦੱਸ ਨਹੀਂ ਰਹੇ ਆ ਸੋ ਜੋ ਸਾਹਮਣੇ ਆ ਰਿਹਾ ਆਪਣਾ ਫਰਜ਼ ਆਪਾਂ ਤੁਹਾਨੂੰ ਉਹੀ ਦੱਸੀ ਹੈ ਹਨਾ ਸੋ ਮੈਨੂੰ ਕੋਈ ਸ਼ੌਕ ਨਹੀਂ ਚੜਿਆ ਕਿ ਮੈਂ ਮੈਂ ਗਲਤ ਕਲੈਕਸ਼ਨ ਦੱਸਾਂ ਸੋ ਅਸੀਂ ਬੱਬੂ ਮਾਨ ਨੂੰ ਲਾਈਕ ਕਰਦੇ ਆ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਉਹਨਾਂ ਦੇ ਗਾਣੇ ਸੋ ਮੈਂ ਮੂਵੀ ਦੇਖੀ ਆ ਬਹੁਤ ਵਧੀਆ ਮੈਂ ਮੂਵੀ ਨੂੰ ਗਲਤ ਨਹੀਂ ਕਹਿ ਰਿਹਾ ਪਰ ਆਡੀਅנס ਨੂੰ ਮੈਂ ਇਹ ਰეკਮੈਂਡ ਕਰ ਰਿਹਾ ਕਿ ਮੂਵੀ ਜਾ ਕੇ ਦੇਖੋ ਕਿਉਂ ਨਹੀਂ ਲੋਕੀ ਜਾ ਰਹੇ ਮੂਵੀ ਦੇਖਣ ਸੋ ਗਾਇਸ ਕਿਉਂਕਿ ਮੈਂ ਮੇਰਾ ਕਹਿਣਾ ਮਤਲਬ ਇਹ ਹੈ ਕਿ ਮੂਵੀ ਹੋਣ ਜਾਉਗੇ ਲੋਕੀ ਦੇਖਣ ਹੁਣ ਹੁਣ ਇੱਕ ਹਫਤੇ ਦੇ ਦੋਸਤੋ ਟਾਈਮ ਹੁੰਦਾ ਹੈ ਜਦੋਂ ਹਫਤੇ ਬਾਅਦ ਮੂਵੀ ਰਿਲੀਜ਼ ਹੁੰਦੀ ਆ ਤੇ ਸ਼ੋਅ ਉਸ ਮੂਵੀ ਨੂੰ ਘੱਟ ਕਰ ਦਿੱਤੇ ਜਾਂਦੇ ਨੇ ਸੋ ਜਦੋਂ ਮੂਵੀ ਦੇ ਸ਼ੋਅ ਘੱਟ ਕਰ ਦਿੱਤੇ ਜਾਂਦੇ ਨੇ ਤਾਂ ਸਿੱਧੀ ਜੀ ਗੱਲ ਹੈ ਕਿ ਕਲੈਕਸ਼ਨ ਵੀ ਘਟ ਆਉਂਦਾ ਹੈ ਸੋ ਇਦਾਂ ਦੇ ਵਿੱਚ ਦੋਸਤੋ ਅੱਗੇ ਮੂਵੀ ਸ਼ਾਹ ਕੋਟ ਵੀ ਆ ਰਹੀ ਆ ਹੋਰ ਪੰਜਾਬੀ ਮੂਵੀ ਆ ਰਹੀਆਂ ਸੋ ਇਸ ਕਰਕੇ ਦੋਸਤੋ ਆਪਣੇ ਫੇਵਰੇਟ ਮੂਵੀ ਜੋ ਸੋਚਾ ਸੂਰਮਾ ਆਪਣੇ ਫੇਵਰੇਟ ਸਟਾਰ ਦੀ ਜਿਹਦੇ ਤੁਸੀਂ ਫੈਨ ਹੋ ਬਪੂ ਮਾਂ ਦੇ ਪਲੀਜ਼ ਜਾ ਕੇ ਜਰੂਰ ਦੇਖ ਕੇ ਆਓ ਸੋ ਚਲੋ ਆਪਾਂ ਕੱਲ ਦੀ ਪਹਿਲਾਂ ਗੱਲ ਕਰ ਲੈਂਦੇ ਆ ਡੇਟ ਫੋਰਟਿਸ ਉਹ ਕਿੰਨਾ ਕਲੈਕਸ਼ਨ ਆਇਆ ਸੋ ਦੋਸਤੋ ਮੈਂ ਤਾਂ ਫਿਰ ਵੀ ਆਪਣੇ ਵੱਲੋਂ 25 ਤੋਂ 30 ਲੱਖ ਦਾ ਪ੍ਰੈਡਿਕਸ਼ਨ ਲਾਇਆ ਸੀ ਕਿ ਕੱਲ ਦੇ ਦਿਨ 25 ਤੋਂ 30 ਲੱਖ ਦੇ ਵਿੱਚ ਆਊਗਾ ਬਟ ਦੋਸਤੋ ਉਦਾਂ ਦਾ ਨਹੀਂ ਉਹ ਨਜ਼ਰ ਹੁੰਦਾ ਹੋਇਆ ਆ ਸੋ ਡੇ 4th ਦੇ ਵਿੱਚ ਆਇਆ ਜੀ 21 ਲੱਖ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਡੇ 4 ਮੰਡੇ 21 ਲੱਖ ਸੋ ਜੇਕਰ ਮੈਂ ਅੱਜ ਡੇ 5 ਦੀ ਗੱਲ ਕਰਾਂ ਦੋਸਤੋ ਹੁਣ ਜਣ ਕੇ 10:30 ਵਜੇ ਤੱਕ ਦੋਸਤੋ 1 ਲੱਖ ਦੀ ਜਣ ਕੇ ਟਿਕਟ ਵਿਕੀ ਆ ਹਲੇ ਤੱਕ 1 ਲੱਖ ਦੀ ਹੋਈ ਆ ਸਿਰਫ ਕਮਾਈ ਸੋ ਸ਼ਾਮ ਤੱਕ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਸ਼ਾਮ ਹੁੰਦੇ ਹੋਏ ਇਹ ਮੂਵੀ ਜੇਕਰ 21 ਲੱਖ 40 ਡੇਗ ਮਾਰੀ ਆ ਸੋ ਮੇਰਾ ਦੋਸਤ ਹੋਰ ਹੋਊਗਾ 18 ਲੱਖ ਸੋ ਸਿੱਧੀ ਜੀ ਗੱਲ ਦੋਸਤੋ 18 ਲੱਖ ਜਦ ਤੱਕ ਇਹਦਾ ਟੋਟਲ ਹੋ ਚੁੱਕਾ ਹੈ 2 ਕਰੋੜ 17 ਲੱਖ ਕਲੈਕਸ਼ਨ ਹੋ ਚੁੱਕਾ ਆ ਹਾਲੇ ਦੋਸਤੋ ਬਾਲੀਦੇਸ਼ਾਂ ਵਿੱਚ ਰਿਲੀਜ਼ ਨਹੀਂ ਹੋਈ ਆ ਉੱਥੇ ਵੀ ਹੋਊਗੀ ਸੋ ਉਹ ਵੀ ਦੋਸਤੋ ਫਿਰ ਬਾਅਦ ਦੇ ਵਿੱਚ ਕਲੈਕਸ਼ਨ ਵਿੱਚ ਨਾਲ ਐਡ ਕੀਤਾ ਜਾਊਗਾ ਸੋ ਆਪਣਾ ਦੋਸਤੋ ਇਹ ਬਜਟ ਰਿਕਵਰ ਕਰ ਜਾਵੇ ਇਹ ਹੀ ਬਹੁਤ ਵੱਡੀ ਗੱਲ ਆ ਸੋ 8 ਕਰੋੜ ਤੱਕ ਦੋਸਤੋ ਪਹੁੰਚਣਾ ਬਹੁਤ ਇਹਨੂੰ ਮਿਹਨਤ ਕਰਨੀ ਪੈਣੀ ਇਸ ਮੂਵੀ ਨੂੰ ਸੋ ਦੇਖੋ ਆਈ ਹੋਪ ਕਿ ਇਹ ਮੂਵੀ ਜਾਵੇ ਅੱਗੇ ਸਰਪ੍ਰਾਈਜ਼ ਕਰੇ ਕੋਈ ਦਾ ਦਾ ਅਲੱਗ ਹੀ ਆ ਕੋਈ ਚਮਤਕਾਰੀ ਹੋ ਜਵੇ ਸ਼ਾਇਦ ਮੂਵੀ ਇਹ ਵਧੀਆ ਕੰਮ ਕਰ ਜਵੇ ਮੂਵੀ ਦਾ ਕਨਸੈਪਟ ਵਧੀਆ ਆ ਸੋ ਤੁਸੀਂ ਦੋਸਤੋ ਖੁਦ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਡੀ ਕੀ ਰਾਏ ਆ ਤੁਹਾਡੇ ਹਿਸਾਬ ਨਾਲ ਮੈਂ ਗਲਤ ਆ ਜਾਂ ਕਲੈਕਸ਼ਨ ਗਲਤ ਆ ਸੋ ਤੁਸੀਂ ਆਪ ਸਰਚ ਕਰਕੇ ਦੇਖ ਲਿਓ ਬਾਕਸ ਆਫਿਸ ਕਲੈਕਸ਼ਨ ਸੁੱਚਾ ਸੂਰਮਾ ਡੇ 5 6 ਸੋ ਥੈਂਕ ਯੂ ਦੋਸਤੋ ਬਾਏ ਬਾਏ